ਫੋਨ ਤੇ ਵੀ ਗੱਲ ਕੀਤੀ ਸੀ ਤੇ ਕਹਿੰਦੇ ਕਿ ਤੂੰ ਮੇਰੇ ਕੋਲ ਆ ਜਾ ਤੇ ਅਸੀਂ ਤੂੰ ਹੁਣੇ ਹੀ ਆ ਜਾ। ਮੈਂ ਕਿਹਾ ਮੈਂ ਕੰਮ ਤੇ ਬਿਜ਼ੀ ਆ। ਇੱਕ ਗੱਲ ਇਹ ਸੋਚਣ ਵਾਲੀ ਆ ਕਿ ਦੇਖੋ ਅਸੀਂ ਲੇਡੀਜ਼ ਖਾਸ ਕਰਕੇ, ਖਾਸ ਮੈਂ ਕਹੂੰਗੀ, ਮੈਂ ਵੀ ਇੱਕ ਔਰਤ ਆ, ਬੇਵਕੂਫ ਬਹੁਤ ਛੇਤੀ ਬਣਦੀਆਂ ਸਾਰੀਆਂ। ਜੇ ਮੈਨੂੰ ਪਤਾ ਸੀ ਕਿ ਇਹ ਸਾਰਾ ਕੁਝ ਝੂਠ ਆ, ਕਿਉਂਕਿ ਅਸੀਂ ਝੂਠ ਦੇ ਪਰਦੇ ਚੱਕਣ ਨੂੰ ਕਾਫੀ ਚਿਰ ਤੋਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਹੈ ਹੀ ਨੀਗਾ, ਹੈ ਨਾ। ਪਰ ਇਸ ਇਨਸਾਨ ਦੇ ਸਾਹਮਣੇ ਮੈਂ ਬੈਠੀ ਆ, ਪਹਿਲੇ ਦਿਨ ਮੈਂ ਆਪਣਾ ਨਾਂ ਵੀ ਗਲਤ ਦੱਸਿਆ, ਮੇਰੀ ਡੇਟ ਆਫ ਬਰਥ ਵੀ ਗਲਤ ਆ, ਮੇਰੇ ਬੱਚੇ ਦਾ ਨਾਂ ਵੀ ਗਲਤ ਆ, ਮੇਰੇ ਬੱਚੇ ਦੀ ਡੇਟ ਆਫ ਬਰਥ ਵੀ ਗਲਤ ਆ। ਮੈਂ ਇਹ ਵੀ ਨੀ ਦੱਸਿਆ ਕਿ ਮੈਂ ਮੈਰਿਡ ਆ, ਮੈਂ ਕਿਹਾ ਮੈਂ ਸਿੰਗਲ ਮੋਮ ਆ, ਮੈਂ ਹਲੇ ਵਿਆਹ ਕਰਾਉਣਾ ਆ, ਔਰ ਮੈਂ ਇਹਨੂੰ ਫੋਟੋ ਵੀ ਗਲਤ ਦਿਖਾਈ ਆਪਣੇ ਬੱਚੇ ਦੀ। ਇਹਦੇ ਸਾਹਮਣੇ ਮੈਂ ਬੈਠੀ ਆ, ਇਹਦੀ ਰਿਕਾਰਡਿੰਗ ਵੀ ਹੋ ਰਹੀ ਆ, ਮੇਰੇ ਕੋਲ ਫੋਨ ਵੀ ਪਿਆ ਆ। ਜਿਹੜਾ ਬੰਦਾ ਮੇਰਾ ਫੇਸ ਨੀ ਪੜ ਸਕਦਾ ਵੀ ਮੈਂ ਸ਼ਰੇ ਆ ਮੇਰੇ ਸਾਹਮਣੇ ਬਹਿ ਕੇ ਝੂਠ ਬੋਲਦੀ ਆ, ਤੇ ਇਹਨੂੰ ਮੇਰੇ ਕਾਲੇ ਜਾਦੂ ਦਾ ਪਤਾ ਲੱਗ ਗਿਆ ਵੀ ਮੇਰੇ ਤੇ ਕਾਲਾ ਜਾਦੂ ਹੁੰਦਾ ਆ ਜਾਂ ਮੇਰੇ ਤੇ ਕਾਲਾ ਜਾਦੂ ਹੋਇਆ ਆ, ਪਰ ਇਹਨੂੰ ਇਹ ਕਿਉਂ ਨੀ ਪਤਾ ਲੱਗਾ ਕਿ ਮੇਰੇ ਸਾਹਮਣੇ ਬੈਠੀ ਆ ਇੰਨਾ ਝੂਠ ਬੋਲਦੀ ਆ ਮੇਰੇ ਕੋਲ, ਇਹ ਮੇਰਾ ਝੂਠ ਨੀ ਬਣ ਸਕਦਾ, ਮੇਰਾ ਝੂਠ ਨੀ ਇਹ ਤੋਂ ਪੜ ਹੋਇਆ। ਬੱਤੀ ਜਗਾਇਓ ਜੀ, ਇਹਦੇ ਕੋਲੋਂ ਮੇਰਾ ਝੂਠ ਨੀ ਪੜ ਹੋਇਆ ਕਿ ਮੈਂ ਸਾਹਮਣੇ ਬੈਠੀ ਆ, ਇਹਨੂੰ ਰਿਕਾਰਡ ਕਰਦੀ ਆ, ਮੈਂ ਫੋਨ ਤੇ ਰਿਕਾਰਡਿੰਗ ਲਾਈ ਆ, ਹਰ ਇੱਕ ਗੱਲ ਮੈਂ ਝੂਠ ਦੱਸਦੀ ਆ, ਡੇਟ ਆਫ ਬਰਥ ਝੂਠ ਆ, ਇਹਨੂੰ ਮੇਰੀ ਨਾ ਡੇਟ ਆਫ ਬਰਥ ਦਾ ਪਤਾ ਲੱਗਾ ਵੀ ਝੂਠ ਆ, ਨਾ ਇਹਨੂੰ ਇਹ ਪਤਾ ਲੱਗਾ ਵੀ ਮੈਂ ਆਪਣੇ ਮੁੰਡੇ ਦੀ ਡੇਟ ਆਫ ਬਰਥ ਵੀ ਝੂਠ ਦੱਸੀ, ਇਹਨੂੰ ਕੁਛ ਨੀ ਪਤਾ। ਇਹਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਤੇ ਕਾਲਾ ਜਾਦੂ ਹੋਇਆ ਤੇ ਉਹ $1600 ਚ ਨਿਕਲਣਾ। ਫੇਰ ਮੈਂ ਇਹਨੂੰ ਕਿਹਾ ਕਿ $1600 ਤਾਂ ਬਹੁਤ ਆ, ਮੈਂ ਤਾਂ ਸਿੰਗਲ ਮੋਮ ਆ, ਮੇਰੇ ਕੋਲ ਤਾਂ $1600 ਦੇ ਨੀ ਹੋਣੇ। ਇਹਨੂੰ ਫੇਰ ਨੀ ਪਤਾ ਲੱਗਾ ਕਿ ਮੈਂ ਝੂਠ ਬੋਲਦੀ ਆ। ਇਹਨੇ ਮੇਰਾ ਹੱਥ ਦੇਖਿਆ ਕਿ ਤੇਰੇ ਕੋਲ ਇੰਨੇ ਬੱਚੇ ਆ, ਮੈਂ ਕਿਹਾ ਮੇਰਾ ਤਾਂ ਇੱਕ ਬੱਚਾ ਆ, ਹੈਨਾ। ਫੇਰ ਇਹਨੇ ਮੇਰਾ ਹੱਥ ਦੇਖਿਆ, ਫੇਰ ਇਹ ਕਹਿੰਦਾ $1600 ਜਿਆਦਾ ਤੇ ਮੈਂ ਆਪਣੀ ਦਕਸ਼ਣਾ ਨੀ ਲਊਂਗਾ, ਤੂੰ ਮੈਨੂੰ $1400 ਦੇ ਦੇ। ਮੈਂ ਕਿਹਾ ਠੀਕ ਆ, $1400 ਦੇ ਨੀ। ਫੇਰ ਇਹਨੇ ਮੈਨੂੰ ਮੈਨੂੰ ਕਿਹਾ ਮੈਂ ਤੈਨੂੰ ਕੱਲ ਦੇ ਜਾਊਂਗੀ, ਕੱਲ ਆਊਂਗੀ ਮੈਂ ਤੈਨੂੰ ਫੋਨ ਕਰੂੰ। ਮੇਰੇ ਫੋਨ ਤੋਂ ਪਹਿਲਾਂ ਇਹਦਾ ਫੋਨ ਆ ਗਿਆ ਵੀ ਤੂੰ ਬਹਿਣ ਜੀ ਆਪ ਆ ਰਹੀ ਹੋ। ਮੈਨੂੰ ਟੈਕਸਟ ਮੈਸੇਜ ਕੀਤਾ, ਕਹਿੰਦਾ ਆਪ ਫੋਨ ਪਰ ਮੇਰੇ ਸੇ ਬਾਤ ਕਰੋ, ਟੈਕਸਟ ਪਰ ਬਾਤ ਨਹੀਂ ਕਰਨਾ। ਤੋ ਮੈਨੇ ਫਿਰ ਸੇ ਇਸਕੋ ਫੋਨ ਕੀਆ, ਮੈਨੇ ਬੋਲਾ ਕਿ ਆਜ ਮੇਰੇ ਸੇ ਅਰੇਂਜ ਨਹੀਂ ਹੁਆ ਪੈਸੇ ਕਾ, ਮੈਂ ਕੱਲ ਜਾਂ ਪਰਸੋਂ ਆਪਕੇ ਪਾਸ ਆਊਂਗੀ। ਤੋ ਫਿਰ ਮੈਨੇ ਇਸਕੋ ਟੈਕਸ ਕੀਆ ਕਿ ਮੇਰਾ ਪੈਸੇ ਕਾ ਅਰੇਂਜ ਨਹੀਂ ਹੁਆ, ਤੋ ਮੈਂ $500 ਆਪਕੋ ਸੈਚਰਡੇ ਦੇ ਦੂੰਗੀ। ਤੋ ਜੇ ਬੋਲਾ ਠੀਕ ਹੈ। ਤੋ ਮੈਨੇ ਆਜ ਸੁਬਹ ਫਿਰ ਸੇ ਇਸੇ ਬਾਤ ਕੀ, ਅਭੀ ਇਸਨੇ ਮੁਝੇ ਯੇ ਦੀਆ, ਇਸ ਪਰ ਇਹ ਪਤਾ ਨੀ ਕਾਹਦਾ ਇੱਕ ਸਿੱਕਾ ਆ, ਇੱਕ ਪਾਸੇ ਹਨੂਮਾਨ ਦੀ ਫੋਟੋ ਆ ਤੇ ਇੱਕ ਪਾਸੇ ਓਮ ਲਿਖਿਆ ਆ। ਇਹ ਸਿੱਕਾ ਕਹਿੰਦਾ ਮੈਂ ਆਪਣੇ ਪਰਸ ਚ ਰੱਖਣਾ ਆ, ਤੇ ਇਸ ਸਿੱਕੇ ਨਾਲ ਮੈਂ ਪਤਾ ਨੀ ਵੀ ਮੇਰੀ ਜ਼ਿੰਦਗੀ ਇੰਨੀ ਕੁ ਸਫਲ ਹੋ ਜਾਣੀ ਆ ਕਿ ਮੈਂ $multi-billion ਜਿਹੜੇ ਮੇਰੇ ਕੋਲ ਆ ਜਾਣੇ ਆ, ਤੇ ਮੈਂ ਕੰਮ ਕੁਮ ਛੱਡ ਦਵਾਂ, ਸਿਰਫ ਆਹ ਸਿੱਕਾ ਆਪਣੇ ਪਰਸ ਚ ਰੱਖਾਂ। ਇੱਕ ਇਹ ਮੈਨੂੰ ਸਿੱਕਾ ਦਿੱਤਾ ਤੇ ਦੂਜਾ ਅੱਜ $500 ਇਹਨੂੰ ਮੈਂ ਦੇਣਾ ਸੀ। ਪਿਛਲੀ ਵਾਰੀ ਮੈਂ $21 ਦਿੱਤੇ ਸੀ, ਪਰ ਮੈਂ $500 ਨੀ ਇਹਨੂੰ ਦਿੱਤਾ ਸੀ, ਕਿਉਂਕਿ ਮੈਂ ਕਿਹਾ ਸੀ ਮੇਰੇ ਕੋਲ ਹੈ ਨੀ ਗਾ, ਕਿਉਂਕਿ ਅਸੀਂ ਇਹਨਾਂ ਵਾਂਗੂ ਨੀ ਨਾ ਕਮਾਉਂਦੇ, ਅਸੀਂ ਕੰਮ ਕਰਕੇ ਕਮਾਉਂਦੇ ਆ। ਅੱਜ ਇਹਨੇ ਮੈਨੂੰ ਆ ਦਿੱਤਾ, ਹੁਣ ਇਹਦੇ ਵਿੱਚ ਪਤਾ ਨੀ ਕੀ ਹੈ, ਕੁਛ ਤਾਂਬੇ ਜਿਹਾ ਦਾ ਲੱਗਦਾ ਆ। ਇਹ ਕਹਿੰਦਾ ਕਿ ਇਹਦੇ ਵਿੱਚ ਜਾਦੂ ਮੰਤਰ ਸਾਰੇ ਪਾਏ ਹੋਏ ਆ ਆਸ਼ੀਰਵਾਦ, ਤੇ ਇਹ 3 ਦਿਨ ਮੈਂ ਆਪਣੇ ਘਰ ਰੱਖਣਾ ਕਿਸੇ ਵੀ ਫੋਟੋ ਦੇ ਮੂਹਰੇ, ਤੇ 3 ਦਿਨਾਂ ਬਾਅਦ ਇਹਨੂੰ ਮੈਂ ਪਾਣੀ ਚ ਰੋੜਨਾ ਆ। ਤੇ ਮੈਂ ਕਿਹਾ ਫੇਰ ਇਹਨਾਂ ਕੀ ਹੋਊਗਾ, ਕਹਿੰਦਾ ਇਹ ਹਲੇ ਸਿਰਫ ਪਾਠ ਕੀਤਾ ਆ, ਜਦੋਂ ਅੱਜ 500 ਆਉਣਾ ਆ, ਜਦੋਂ ਗਾਂਹ ਦੇ ਪੈਸੇ ਆਉਣਗੇ ਬਾਕੀ ਪੇਮੈਂਟ, ਉਹਦੇ ਹਿਸਾਬ ਨਾਲ ਉਹਦੇ ਅਕੋਰਡਿੰਗ ਹਰ ਜਿੱਦਾਂ ਜਿੱਦਾਂ ਤੂੰ ਪੈਸੇ ਦਊਗੀ ਉਦਾਂ ਉਦਾਂ ਇਹਦਾ ਹੋਊਗਾ। ਤੇ ਮੈਂ ਕਿਹਾ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਮੇਰੇ ਤੋਂ ਕਾਲਾ ਜਾਦੂ ਹਟ ਗਿਆ, ਤੇ ਹੁਣ ਮੇਰੇ ਕੋਲ ਪੈਸੇ ਵੀ ਆ ਗਏ, ਹੁਣ ਮੈਂ ਅਮੀਰ ਵੀ ਹੋ ਗਈ ਆ, ਸਾਰਾ ਕੁਛ ਹੋ ਗਿਆ। ਕਹਿੰਦੇ ਅਭੀ ਤੋ ਹਮ ਕਰ ਰਹੇ ਹੈ, ਧੀਰੇ ਧੀਰੇ ਸਭੀ ਚਲੇਗਾ, ਤੋ ਧੀਰੇ ਧੀਰੇ ਆਪਕੋ ਸਭੀ ਰਿਜ਼ਲਟ ਇਸਕਾ ਆਏਗਾ। ਤੋ ਅੱਜ ਹੁਣ ਮੈਨੂੰ ਆਹ ਮਿਲਿਆ ਆ ਤੇ ਇੱਕ ਸਿੱਕਾ ਮਿਲਿਆ। ਇਹ ਹੁਣ ਜੇ ਤੁਸੀਂ ਚਾਹੁੰਦੇ ਆ ਤੇ ਮੈਂ 3 ਦਿਨਾਂ ਘਰ ਵੀ ਰੱਖ ਲੈਂਦੀ ਆ, ਤੇ ਮੈਂ ਇਹਨੂੰ ਪਰਸ ਚ ਵੀ ਰੱਖ ਲੈਂਦੀ ਆ, ਤੇ ਬਾਕੀ ਮੈਂ ਸਰੀ ਜੀ ਰਹਿੰਦੀ ਆ, ਇਹਨੂੰ ਮੈਂ ਸੰਭਾਲਦੀ ਆ, ਤੇ ਮੈਂ ਸਰੀ ਜੀ ਰਹਿੰਦੀ ਆ। ਤੇ ਜੇ ਮੈਂ ਵਾਕਿਆ ਮਲਟੀ-ਮਿਲੀਅਨ ਹੋ ਗਈ ਤੇ ਤੁਸੀਂ ਸਾਰੇ ਗਵਾਹ ਆ ਮੇਰੇ। ਕਰਨਾਟਕ ਆਪ ਯਹਾਂ ਪਰ ਕੈਨੇਡਾ ਮੇ ਆਪਕਾ ਕਿਆ ਸਟੇਟਸ ਹੈ? ਮਾਲੂਮ ਹੈ ਕਿਆ ਸਟੇਟਸ ਹੈ, ਹਮੇ ਬਤਾਈਏ, ਬੋਲੀਏ। ਹਮ ਲੋਗ ਜੋ ਇਧਰ ਬੈਠ ਕੇ ਬਾਤ ਕਰੇਂਗੇ। ਇਸ ਗਾਉਂ ਸੇ ਵੀਜ਼ਾ ਕਰਾਂਗੇ। ਅੰਕਲ ਅੰਕਲ ਇੱਕ ਸੈਕਿੰਡ ਬੈਠ ਜਾਏ, ਆਪ ਇਧਰ ਬੈਠੇ ਪਲੀਜ਼।
हम नाइसली बात करते हैं आपसे, इधर बैठकर बात, जब हम बोल रहे हैं आप बैठो तो क्यों नहीं बैठते? नो नो, बैठ कर बात करें, आप नहीं ये बैठे क्यों बैठाते हैं? नहीं वो भी पंडित है। नहीं नहीं वो नहीं पंडित, आप बैठ कर बात करें। अगर वो पंडित बता ना तो वो जिस दिन हम आए तो उधर नीचे नहीं बैठे। जिन्हें इलाज किया जेड़ा इलाज का था वही पंडित है। गले में डाल दो, नहीं नहीं डालो, पंडित साहब पंडित अंकल जी एक मिनट एक मिनट, आप कर्नाटका से हैं? आप कर्नाटका से? आपको मैं बोला, मैंने उसी दिन आपको बोला था कि आप विस्तृत वीजा पर हैं, मैंने बोला था ना आपको? बोला था आपको। मैं पंडित तो नहीं हूँ, मैं ज्योतिषी तो नहीं हूँ, पर मैंने बोला था आपको कि आप विस्तृत वीजा पर हैं, मैंने बोला था ना? बोला था। अब आप अपने मुंह से कह रहे हैं कि तुम विस्तृत वीजा पर हो और आप यहाँ पर बिजनेस कर रहे हो, ये क्या बना रखा है भैया? ये क्या है? व्हाट इज दिस? मैं पूछता हूँ कि तुमने टोटली डाला लिए हैं, तुम पंडित हो, लोगों का भविष्य बताते हो, लोगों का भविष्य बदलना चाहते हो, आपने आज सुबह अपनी राशि देखी? 7 तारीख को अपनी राशि देखी तुमने? जो बच्चे लोग भी लोग नहीं नहीं, एक बात मुझे बताओ, मैं इंग्लिश में बोल रहा हूँ, यू चेक योर राशि हॉरोस्कोप नहीं किया अंकल जी, फोर्स करन दी गल नहीं गी, लोकां दी भावनावां नाल जेड़ा तुसी खिलवाड़ करदे हो वो एडू घट नहीं हो सकदा। इमोशंस के साथ खेल रहे हो, इमोशंस के साथ। देखो ये बात है, एंड यू टारगेट पीपल हु आर ऑलरेडी इन प्रॉब्लम, यू टारगेट दोस पीपल हु आर ऑलरेडी इन